ਕੱਲ ਸਾਰੇ ਸਾਡੀ ਫੈਮਿਲੀ ਬ੍ਰਦਰ ਮੇਰਾ ਫਾਦਰ ਸਾਹਿਬ ਅਤੇ ਭਾਬੀ ਜੀ ਬੱਚੇ ਨਾਲ ਗਏ ਸੀ ਹੋਸਪਿਟਲ। ਮੇਰਾ ਬੇਟਾ ਹੋਇਆ ਸੀਗਾ ਜੀ, ਇਕੱਠੇ ਗਏ ਸੀ ਦੇਖਣ ਲਈ। ਅਤੇ ਜਦੋਂ ਵਾਪਸ ਆਉਣ ਲੱਗੇ ਤਾਂ ਉਹ ਗੱਡੀ 'ਚ ਬਹਿ ਗਏ ਆ, ਬਹਿ ਕੇ ਵਾਪਸ ਆਉਂਦੇ ਹੌਲੀ ਹੌਲੀ ਗੱਡੀ ਗੇਟ 'ਤੇ ਲੈ ਆਏ ਆ। ਗੇਟ 'ਤੇ ਲਿਆ ਕੇ ਗੱਡੀ ਖੜ੍ਹੀ ਕੀਤੀ ਆ, ਫਾਇਰਿੰਗ ਮੈਂ ਪਿੱਛੇ ਸੀਗਾ, ਹੋਸਪਿਟਲ ਦੇ ਅੰਦਰ ਹੀ ਸੀਗਾ, ਅਤੇ ਉਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਆ ਜੀ। ਅਤੇ ਮੁੰਡੇ ਸੀਗੇ ਰਾਪੁਰ ਦੇ ਸੀਗੇ, ਚਲੁੱਪਰ ਦੇ ਸੀ, ਅਤੇ ਇੱਧਰ ਧਦਿਆਲ ਦੇ, ਅਤੇ ਇੱਕ ਨਵੇਂ ਸ਼ਹਿਰ ਦਾ ਮੁੰਡਾ ਹੈਗਾ ਜੀ। ਹਾਂਜੀ ਪਛਾਣਦੇ ਜੀ। ਇੱਕ ਦਾ ਨਾਮ ਹੈਗਾ ਜੀ ਸੁਖਵਿੰਦਰ, ਇੱਕ ਦਾ ਨਾਂ ਤੋਤਾ, ਉਹਦਾ ਭਰਾ ਹੀ ਆ ਸਕਾ। ਸੰਸਕਾਰ ਅਸੀਂ ਉਹਨਾਂ ਚਿਰ ਨਹੀਂ ਕਰਨਾ ਜਿੰਨਾ ਚਿਰ ਰੈਸਟ ਨਹੀਂ ਪੈਂਦੀ ਜੀ ਉਹਨੂੰ। ਦੇਖੋ ਹਜੇ ਤੱਕ ਰਾਤ ਮਰਡਰ ਹੋਇਆ, 2:30 ਵਜੇ ਤੱਕ ਤਾਂ ਐੱਫ ਆਈ ਆਰ ਦਾ ਕੰਮ ਚੱਲਦਾ ਰਿਹਾ। ਬਾਕੀ ਪੁਲਿਸ ਕਹਿ ਰਹੀ ਹੈ ਵੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਆ, ਪਰ ਹਜੇ ਤੱਕ ਸਾਨੂੰ ਕੋਈ ਵੀ ਮਤਲਬ ਇਹੋ ਜਿਹੀ ਆਊਟਪੁੱਟ ਨਹੀਂ ਮਿਲੀ ਵੀ ਆਪਾਂ ਕਹੀਏ ਵੀ ਉਹਨਾਂ 'ਚੋਂ ਕੋਈ ਬੰਦਾ ਅਰੈਸਟ ਹੋ ਗਿਆ ਹੋਵੇ। ਹਜੇ ਤੱਕ ਕੋਈ ਅਰੈਸਟ ਨਹੀਂ ਪਈ। ਬਾਕੀ ਉਹ ਆਪਣੀ ਕਾਰਵਾਈ ਕਰ ਰਹੇ ਆ ਜਾਂ ਕਿੱਦਾਂ ਕਰ ਰਹੇ, ਪਰ ਸਾਨੂੰ ਉਹਦੇ ਬਾਰੇ ਹਜੇ ਤੱਕ ਕੋਈ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੈ। ਹਾਂ ਉਹ ਉਹਨਾਂ ਨੇ ਜੋ ਮਤਲਬ ਜਿੱਦਾਂ ਸੀਗਾ, ਕਿਉਂਕਿ ਪਛਾਣੇ ਇਹਨੇ ਦੇਖੇ ਆ ਸਾਰੇ, ਉਹਦੇ ਬ੍ਰਦਰ ਨੇ, ਕਿਉਂਕਿ ਪਿੱਛੇ ਸੀਗਾ ਇਹਨੇ ਦੇਖ ਲਏ ਸਾਰੇ ਫੇਸ ਜਿੱਦਾਂ ਸੀਗਾ, ਉਹ 2-4 ਮਿੰਟ ਦੇ ਵਿੱਚ ਜਿਹੜੀ ਆਪਣੀ ਕਾਰਵਾਈ ਕਰਕੇ ਤਾਂ ਇਹਨੇ ਪਛਾਣੇ, ਉਹ ਨਾਂ ਸਾਰੇ ਮੈਂਸ਼ਨ ਕਰਵਾਏ ਆ, ਉਹ ਲਿਖੇ ਆ ਪ੍ਰਸ਼ਾਸਨ ਨੇ ਸਾਰੀ ਜਿਹੜੀ ਗੱਲਬਾਤ ਉਹ ਕੀਤੀ ਆ। ਕਾਰਨ ਦੇਖੋ ਇਹ ਤਾਂ ਹੁਣ ਉਹ ਮਤਲਬ ਆਇਡੈਂਟੀਫਾਈ ਹੋ, ਮਤਲਬ ਜਦੋਂ ਅਰੈਸਟ ਹੋਣਗੇ ਫਿਰ ਉਹ ਸਾਰੀ ਜਿਹੜੀ ਆ ਗੱਲਬਾਤ ਹੋਊਗੀ। ਗੱਲ ਤਾਂ ਇਹੀ ਹੋਈ ਸੀਗੀ ਵੀ ਉਹ ਆਪਣਾ ਉਹਨਾਂ 'ਚੋਂ ਕੋਈ 2-4 ਸੀਗੇ ਜਿਹੜੇ ਨਸ਼ੇ ਦਾ ਕੰਮ ਕਰਦੇ ਸੀ ਕੋਈ, ਅਤੇ ਕਿਤੇ ਪੁਰਾਣੇ ਟਾਈਮ 'ਚ ਉਹਨਾਂ ਨੂੰ ਲੱਗਿਆ ਵੀ ਸਾਡੇ ਇਹਨਾਂ ਨੇ ਸਾਡੇ 'ਤੇ ਰੇਡ ਕਰਾ ਦਿੱਤੀ ਜਾਂ ਸਾਡੀ ਇਨਫੋਰਮੇਸ਼ਨ ਦੇ ਦਿੱਤੀ, ਇਹ 4-5 ਸਾਲ ਪਹਿਲੀ ਗੱਲ ਹੈਗੀ ਆ। ਉਸ ਤੋਂ ਬਾਅਦ ਫਿਰ ਜਦੋਂ ਉਹ ਜਮਾਨਤ ਵਗੈਰਾ 'ਤੇ ਕਿਤੇ ਆਏ ਆ, ਫਿਰ ਇਹਨਾਂ ਦੇ ਨਾਲ ਹੱਥੋਂ ਪਾਈ ਹੋਏ ਆ ਵੀ ਤੁਸੀਂ ਸਾਡੀ ਇੱਦਾਂ ਕਰ ਦਿੱਤੀ, ਸ਼ਿਕਾਇਤ ਕੀਤੀ ਜਾਂ ਸਾਨੂੰ ਕੀਤਾ, ਪਰ ਇੱਦਾਂ ਦਾ ਇਹਨਾਂ ਦੇ ਮਨ 'ਚ ਤਾਂ ਇੱਦਾਂ ਦਾ ਕੁਛ ਨਹੀਂ ਸੀਗਾ ਵੀ ਕੋਈ ਇਹੋ ਜਿਹੀ ਕੋਈ ਗੱਲ ਹੋਈ ਹੈ। ਪਰ ਬਸ ਉਹੀ ਗੱਲ ਨੂੰ ਕਹਿ ਲਈਏ ਵੀ ਮਤਲਬ ਉਦੋਂ ਝਗੜਾ ਹੋਇਆ, ਉਦੋਂ ਉਹਦੇ ਮੁੰਡੇ 'ਤੇ ਸੱਟਾਂ ਸੁੱਟਾਂ ਮਾਰੀਆਂ ਸੀ, ਅਤੇ ਇਹਨਾਂ ਨੇ ਤਾਂ ਚਲੋ ਨਹੀਂ ਕੋਈ ਕਾਰਵਾਈ ਕੀਤੀ, ਅਤੇ ਉਦੋਂ ਪਰਚਾ ਦਰਜ ਹੋਇਆ। ਉਸ ਤੋਂ ਬਾਅਦ ਫਿਰ ਜਦੋਂ ਇਹ ਥੋੜ੍ਹਾ ਜਿਹਾ ਠੀਕ ਹੋਇਆ, ਫਿਰ ਮਾੜੀ ਮੋਟੀ ਕੋਈ ਰੰਜਿਸ਼ ਹੋ ਗਈ। ਮਤਲਬ ਵਜ੍ਹਾ ਤਾਂ ਇਹੀ ਸੀਗੀ ਵੀ ਉਹ ਆਪਣਾ ਕੰਮ ਕਰਦੇ ਸੀ, ਅਤੇ ਕਿਤੇ ਨਾ ਕਿਤੇ ਇਹਨਾਂ ਨੂੰ ਸੀਗਾ ਜਾਂ ਪਿੰਡ ਵਾਲੇ ਨਗਰ ਵਾਲੇ ਸਾਰੇ ਵੀ ਇਹ ਚੀਜ਼ ਗਲਤ ਹੈਗੀ ਹੈ। ਉਹੀ ਕਹਿ ਲਓ ਵੀ ਰੰਜਿਸ਼ ਜਿਹੜੀ ਆ ਹੌਲੀ ਹੌਲੀ ਉਹ ਇੱਥੇ ਤੱਕ ਆ ਗਈ ਕਿ ਮਤਲਬ ਪਰਿਵਾਰ 'ਚੋਂ ਜਿਹੜੇ ਆ ਸਾਡੇ 2 ਜੀਅ ਜਿਹੜੇ ਆ ਉਹ ਮਤਲਬ ਚਲੇ ਗਏ, ਜਿਹੜੇ ਬੱਚੇ 2। ਦੇਖੋ ਸਭ ਤੋਂ ਜਿਹੜੀ ਮਤਲਬ ਦਰਿੰਦਗੀ ਵਾਲੀ ਗੱਲ ਹੈ, ਮਤਲਬ ਇਹ ਗੱਲਾਂ ਸੁਣੀਆਂ ਸੁਣਾਈਆਂ, ਕਹਿੰਦੇ ਵੀ ਜਿਹੜੇ ਲੜਨ ਵਾਲੇ ਆ ਜਾਂ ਬਦਮਾਸ਼ ਹੈ ਜਾਂ ਜਿੱਦਾਂ ਦੀ ਵੀ ਕੈਟਾਗਰੀ ਦੇ ਬੰਦੇ ਹੈਗੇ, ਹਰੇਕ ਦਾ ਕੋਈ ਨਾ ਕੋਈ ਤੀਨ ਹੈ, ਕੋਈ ਧਰਮ ਹੈ, ਕੋਈ ਇੱਕ ਹੁੰਦਾ। ਬਟ ਇਹ ਤਾਂ ਜਿਹੜੀ ਘਟਨਾ ਹੋਈ, ਇਹਨੇ ਤਾਂ ਮਤਲਬ ਰੂਹ ਕੰਡੇ ਖੜ੍ਹੇ ਕਰ ਦਿੱਤੇ ਹੈ ਵੀ ਪਰਿਵਾਰ ਗੱਡੀ ਦੇ ਵਿੱਚ ਹੈ, ਉਹਦਾ ਫਾਦਰ ਹੈ, ਉਹਦੇ ਮਤਲਬ ਦਾਦੇ ਨੇ, 2 ਪੋਤੇ ਹੱਥ 'ਚ ਫੜੇ ਹੋਏ ਹੈ, ਔਰ ਉਹ ਨਾਲ ਡਰਾਈਵਿੰਗ ਸੀਟ 'ਤੇ ਬੈਠਾ ਆ, ਪਿੱਛੇ ਉਹਦੀ ਵਾਈਫ ਹੈ, ਉਹਦੇ 1 ਭਤੀਜਾ ਹੈ, 2 ਬੱਚੇ ਹੈ, 3 ਬੱਚੇ ਹੋਰ ਹੈ ਪਿੱਛੇ, ਅਤੇ ਛੋਟਾ ਉਹਦਾ ਬ੍ਰਦਰ ਹਜੇ ਹੋਸਪਿਟਲ 'ਚੋਂ ਆ ਕੇ ਉਹਨੇ ਗੱਡੀ 'ਚ ਬਹਿਣਾ ਆ, ਅਤੇ ਉਹਨਾਂ ਨੇ ਵਾਪਸੀ ਕਰਨੀ ਹੈ। ਇਨ ਬਿਟਵੀਨ ਥੋੜ੍ਹੇ ਸਮੇਂ ਦੇ ਵਿੱਚ ਮਤਲਬ ਉਹ ਦੋਨਾਂ ਇੱਧਰਲੇ ਪਾਸੇ ਇੱਧਰਲੇ ਪਾਸੇ ਉਹਨਾਂ ਨੇ ਜਿੱਦਾਂ ਹੀ ਗੋਲੀਆਂ ਚਲਾਉਣੀਆਂ, ਉਹਨਾਂ ਨੇ ਦੇਖਿਆ ਕਿਹੜਾ ਸਿਆਣਾ, ਕਿਹੜਾ ਨਿਆਣਾ, ਕਿਹੜਾ ਬੱਚਾ, ਇੰਨੀ ਦਰਿੰਦਗੀ ਦੇ ਨਾਲ ਉਹਨਾਂ ਨੇ ਗੋਲੀਆਂ ਚਲਾਈਆਂ ਵੀ ਆਹ ਸਾਰੀ ਛਾਤੀ ਤੁਸੀਂ ਰਾਤੀ ਦੇਖਿਆ ਪੱਤਰਕਾਰਾਂ ਨੇ ਪਰੁਨੀ ਪਈ ਉਹਦੀ, ਔਰ ਉਹਦੇ ਫਾਦਰ ਦੀ ਆਹ ਸਾਰੀ ਚੀਜ਼ ਜਿਹੜੀ ਆ ਪਰੁਨੀ ਪਈ ਗੋਲੀਆਂ ਦੇ ਨਾਲ। ਅਤੇ ਜਿਹੜੇ ਛੋਟੇ 2 ਬੱਚੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਹਜੇ ਵੀ ਕਿਹੜੀ ਲੜਾਈ, ਕਿਹੜੀ ਗੋਲੀ, ਕੌਣ ਦੁਸ਼ਮਣ, ਕੌਣ ਆਪਣਾ, ਕੌਣ ਬਗਾਨਾ, ਉਹਨਾਂ ਦੇ ਬੱਚਿਆਂ ਦੀ ਇੱਕ ਦੇ ਐਡੀ ਗੋਲੀ ਉਹਦੇ 9mm ਦੀ ਸ਼ਾਇਦ ਉਹ ਦੱਸਦੇ ਆ ਵੀ ਇੱਥੋਂ ਨਿਕਲੀ ਹੈ, ਉਹਦੀ ਫੂਡ ਪਾਈਪ ਦੇ ਨਾਲ ਟੱਚ ਕਰ ਗਈ, ਉਹਦੀ ਇੰਨੀ ਸਕਿਨ ਵੀ ਜਿਹੜੀ ਕੱਟੀ ਹੈ, ਉਹ ਬੱਚਾ ਹਜੇ ਬਹੁਤ ਮੇਜਰ ਕੰਡੀਸ਼ਨ 'ਚ, ਉਹਦੇ ਸਾਰੇ ਪਾਈਪਾਂ ਲੱਗੀਆਂ ਹੋਈਆਂ। ਜਿਹੜਾ ਦੂਸਰਾ ਬੱਚਾ ਆ ਉਹਦੇ ਇੱਥੋਂ ਬਾਂਹ ਦੇ ਤੋਂ ਲੱਗ ਕੇ ਇੱਧਰਲੀ ਬਾਂਹ 'ਤੇ ਵੀ ਸ਼ਾਇਦ ਉਹਦੀ ਬਾਂਹ ਦੇ ਵਿੱਚ ਗੋਲੀ ਹੈ, ਉਹ ਹਜੇ ਓਪਰੇਸ਼ਨ ਜਿਹੜਾ ਉਹ ਚੱਲ ਰਿਹਾ, 1 ਦਾ ਓਪਰੇਸ਼ਨ ਸਟੇਜ 7 ਘੰਟੇ ਚੱਲਿਆ, ਕਿਉਂਕਿ ਫੂਡ ਪਾਈਪ ਦੇ ਨਾਲ ਟੱਚ ਕਰ ਗਈ ਸੀ ਜਿੱਦਾਂ ਦੱਸਦੇ, ਉਹਦੀ ਸਕਿਨ ਸਾਰੀ ਕੱਟੀ, ਉੱਥੋਂ ਪਾਈਪ ਪਾਈ ਹੈ। ਮਤਲਬ ਕਹਿ ਲਓ ਵੀ ਆਪਾਂ ਮਤਲਬ ਗੱਲ ਕਰਦੇ ਕਰਦੇ ਵੀ ਇੱਦਾਂ ਮਤਲਬ ਹੁੰਦਾ ਵੀ ਮਤਲਬ ਐਡੀ ਦਰਿੰਦਗੀ, ਕਿਉਂਕਿ ਦੁਆਬਾ, ਹੁਸ਼ਿਆਰਪੁਰ, ਪੰਜਾਬ ਦਾ ਮਤਲਬ ਸਾਡਾ ਤਾਂ ਉਹ ਏਰੀਆ ਵੀ ਕਦੀ ਇੱਦਾਂ ਦਾ ਇੱਥੇ ਵੱਡਾ ਮਤਲਬ ਐਪੀਸੋਡ ਇੱਦਾਂ ਦਾ ਜਿਹੜਾ ਆ ਮਤਲਬ ਸੋਚ ਵੀ ਨਹੀਂ ਸਕਦੇ, ਕਿਉਂਕਿ ਬੰਦਾ ਹੁੰਦਾ ਜੇ ਕੋਈ ਲੜਨਾ ਝਗੜਨਾ ਵੀ ਯਾਰ ਇਹਦੇ ਨਾਲ ਬਜ਼ੁਰਗ ਆ ਜਾਂ ਇਹਦੇ ਨਾਲ ਨਿਆਣੇ ਆ ਜਾਂ ਮੰਮੀ ਪਾਪਾ ਆ,
ਵੀ ਆਪਾਂ ਬਾਅਦ 'ਚ ਕਰ ਲਾਂਗੇ, ਪਰ ਆਹ ਤਾਂ ਜਿਹੜੇ ਆ ਮਤਲਬ ਹੱਦ ਹੀ ਕਰ ਦਿੱਤੀ ਜਿਹੜੀ ਇਸ ਗੱਲ ਨੇ। ਸੋ ਇਹ ਪ੍ਰਸ਼ਾਸਨ ਤੋਂ ਸਾਡੀ ਇਹੀ ਡਿਮਾਂਡ ਹੈ ਵੀ ਜਲਦੀ ਤੋਂ ਜਲਦੀ ਜਿਹੜੀ ਹੈ ਇਹਦੀ ਜਿਹੜੀ ਆ ਕਾਰਵਾਈ ਸਾਨੂੰ ਮਿਲੇ, ਨਹੀਂ ਤਾਂ ਜਿਹੜਾ ਸਾਰਾ ਪਰਿਵਾਰ, ਸਾਰਾ ਨਗਰ, ਸਾਰੇ ਮੋਹਤਵਰ ਸਾਥੀ, ਅਲੱਗ ਅਲੱਗ ਜਥੇਬੰਦੀਆਂ ਦੇ ਸਾਥੀ, ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ, ਜਨ ਸਕੱਤਰ, ਸਾਰੀ ਟੀਮ ਜਿਹੜੀ ਆ, ਹੋਰ ਸਾਰੇ ਜਿਹੜੇ ਸਾਥੀ ਹੈ ਉਹ ਇੱਥੇ ਬੈਠੇ ਹੈ ਅਤੇ ਸਿਰਫ ਉਹਨਾਂ ਦੀ ਵੇਟ ਕਰ ਰਹੇ, ਕਿਉਂਕਿ ਅਫਸਰ ਹੁਣ ਆਏ ਸੀਗੇ, SHO ਸਾਹਿਬ ਆਏ ਸੀਗੇ, ਡਿਪਟੀ ਸਾਹਿਬ, SSP ਸਾਹਿਬ ਨਾਲ ਵੀ, YS ਸਾਹਿਬ ਨਾਲ ਵੀ ਗੱਲ ਹੋਈ ਹੈ। ਉਹ ਸਾਨੂੰ ਹੌਸਲਾ ਦੇ ਰਿਹਾ ਵੀ ਅਸੀਂ ਲੱਗੇ ਹੋਏ ਹਾਂ, ਕੋਈ ਨਾ ਕੋਈ ਜਿਹੜਾ ਰਿਜ਼ਲਟ ਅਸੀਂ ਛੇਤੀ ਦਿੰਦੇ ਹਾਂ। ਅਤੇ ਸੋ ਸਾਰੇ ਅਸੀਂ ਇੱਕ ਆਸ ਦੇ ਵਿੱਚ ਸਾਰੇ ਬੱਝ ਕੇ ਬੈਠੇ ਹਾਂ, ਕਿਉਂਕਿ ਦੋ ਮਰਡਰ ਹੋਣੇ ਔਰ ਇੱਕ ਪਰਿਵਾਰ ਦੇ ਵਿੱਚੋਂ ਕੋਈ ਐਕਸੀਡੈਂਟ 'ਚ ਦੋ ਚਲੇ ਜਾਣ, ਚਾਰ ਮਤਲਬ ਹੁੰਦੀਆਂ ਘਟਨਾਵਾਂ ਉਹ ਅਲੱਗ ਹੈ, ਪਰ ਜਿਹੜਾ ਗੋਲੀਆਂ ਮਾਰ ਕੇ ਪਿਓ ਨੂੰ, ਪੁੱਤ ਨੂੰ ਪ੍ਰੁਣ ਦੇਣਾ, ਛੋਟੇ ਬੱਚਿਆਂ ਦੇ ਵੀ ਗੋਲੀਆਂ ਮਾਰਨੀਆਂ ਜਿਹੜੀ ਹੈ, ਇਹ ਬਹੁਤ ਹੀ ਜ਼ਿਆਦਾ ਜਿਹੜੀ ਦੁਖਦਾਈ ਘਟਨਾ ਹੈਗੀ ਹੈ। ਜੇਕਰ ਜਲਦੀ ਤੋਂ ਜਲਦੀ ਇੱਥੇ ਕੋਈ ਕਾਰਵਾਈ ਨਹੀਂ ਹੁੰਦੀ, ਫਿਰ ਅਸੀਂ ਜਿਹੜਾ ਰਲ ਕੇ ਸਾਂਝਾ ਡਿਸੀਜਨ ਲਵਾਂਗੇ। ਹਜੇ ਤੱਕ ਅਸੀਂ ਵੇਟ ਕਰ ਰਹੇ ਹਾਂ ਵੀ ਪ੍ਰਸ਼ਾਸਨ ਜਿਹੜਾ ਆਪਣਾ ਕੰਮ ਕਰ ਰਿਹਾ ਔਰ ਸਾਨੂੰ ਜਿਹੜਾ ਸਹੀ ਰਿਜ਼ਲਟ ਜਿਹੜਾ ਉਹ ਛੇਤੀ ਤੋਂ ਛੇਤੀ ਜਿਹੜਾ ਉਹ ਦੇਵੇ ਸਾਨੂੰ। ਉਸ ਤੋਂ ਬਾਅਦ ਹੀ ਜੋ ਪੋਸਟਮਾਰਟਮ ਜਾਂ ਜੋ ਸੰਸਕਾਰ ਦੀ ਜਿਹੜੀ ਗੱਲ ਹੈ ਉਹ ਉਸ ਤੋਂ ਬਾਅਦ ਹੋਊਗੀ। ਪਹਿਲਾਂ ਤਾਂ ਜੇ ਸਾਡੇ ਬੱਚਿਆਂ ਦੇ ਓਪਰੇਸ਼ਨ ਚੱਲ ਰਹੇ ਉਹ ਕਲੀਅਰ ਤਾਂ ਹੋਵੇ ਜੇ ਕੀ ਹੈ। ਸੋ ਇਸ ਲਈ ਆਪਾਂ ਮਤਲਬ ਸਾਰੇ ਸਲਾਹ ਮਸ਼ਵਰਾ ਕਰ ਰਹੇ ਹਾਂ। ਧੰਨਵਾਦ ਜੀ।